ਲੈ ਵੀ ਕਰਤਾਰ ਸਿਆ ਜਵਾਕ ਤਾਂ ਅੱਗੇ ਨਾਲੋਂ ਰਾਜੀ ਆ ਹੁਣ ਇਦਾਂ ਹੀ ਭਾਫ ਕੱਲ ਵੀ ਦੇਣੀ ਆ ਪਰ ਇਹਦੇ ਢਿੱਲੇ ਹੋਣ ਦਾ ਕਾਰਨ ਕੀ ਸੀ ਹੇ ਵਾਹਿਗੁਰੂ ਇਹ ਕਸ਼ਟ ਜਵਾਕ ਤੇ ਨਹੀਂ ਮਾਪਿਆਂ ਤੇ ਆਇਆ ਕਰੇ ਅਜਿਹੇ ਕਸ਼ ਨੂੰ ਤੂੰ ਹੀ ਤਾਂ ਵੈਲਕਮ ਕਰਦਾ ਮੈਂ ਕੀ ਕੀਤਾ ਤੇਰੇ ਖੇਤਾਂ ਵਿੱਚੋਂ ਧੂੰਆਂ ਨਿਕਲਦਾ ਪਰਾਲ ਦਾ ਸੋਚ ਜੇ ਕਿਸੇ ਦੇ ਖੇਤਾਂ ਦਾ ਧੂੰਆਂ ਤੇਰੇ ਘਰ ਦੇ ਜੀ ਨੂੰ ਹਾਨੀ ਪਹੁੰਚਾ ਸਕਦਾ ਤਾਂ ਤੇਰੇ ਖੇਤ ਦਾ ਧੂੰਆਂ ਕਿਸੇ ਦੇ ਘਰੇ ਨਹੀਂ ਜਾਂਦਾ ਹੋ ਠੀਕ ਹੈ ਠੀਕ ਹੈ ਹੁਣ ਸਮਝ ਗਿਆ ਮੈਂ ਬੱਚੇ ਬਿਰਦ ਬਿਮਾਰ ਤੜਪਦੇ ਧੂੰਆਂ ਜਾਨ ਸੁਕਾਏ ਬੱਚੇ ਬਿਰਦ ਬਿਮਾਰ ਤੜਪਦੇ ਧੂੰਆਂ ਜਾਨ ਸੁਕਾਏ ਸਾਹ ਲੈਣਾ ਵੀ ਔਖਾ ਹੋਇਆ ਬੰਦਾ ਕਿੱਧਰ ਜਾਏ ਬੰਦਾ ਕਿੱਧਰ ਜਾਏ ਗੰਦਲੀ ਪੌਣ ਚ ਬਾਲੇਗਾ ਗੰਦਲੀ ਪੌਣ ਚ ਬਾਲੇਗਾ ਦੀਵੇ ਫਿਰ ਦੀਵਾਲੀ ਨੂੰ ਧਰਤੀ ਦੀ ਕੁੱਖ ਨੂੰ ਬਾਂਝ ਕਰੇਗਾ ਰੋਕ ਲੈ ਤੀਲੀ ਬਾਲੀ ਨੂੰ ਰੋਕ ਲੈ ਤੀਲੀ ਬਾਲੀ ਨੂੰ ਪੌਣਾ ਦੇ ਵਿੱਚ ਜ਼ਹਿਰ ਘੋਲਣਾ ਆਓ ਅੱਜ ਅਸੀਂ ਇਹ ਅਹਿਦ ਕਰੀਏ ਕਿ ਝੋਨੇ ਦੀ ਪਰਾਲੀ ਅਸੀਂ ਨਹੀਂ ਸਾੜਾਂਗੇ ਅਤੇ ਸਾਹ ਸੰਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਂਗੇ।